ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ ਐਕਸਰਸਾਈਜ਼ 2.1 ਕਰਾਂਗੇ। ਮੈਨੂੰ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੋਣਾ, ਮਜ਼ਾ ਆ ਰਿਹਾ ਹੋਣਾ ਸਵਾਲ ਸੋਲਵ ਕਰਕੇ। ਇਹ ਚੈਪਟਰ ਬਹੁਤ ਇੰਟਰਸਟਿੰਗ ਹੈ, ਬਹੁਤ ਇੰਪੋਰਟੈਂਟ ਹੈ, ਬਹੁਤ ਵਧੀਆ ਹੈ। ਠੀਕ ਹੈ ਜੀ, ਮੇਰੀ ਪਹਿਲਾਂ ਜਿਹੜੀ ਬੇਸਿਕ 3 ਵੀਡੀਓ ਬਣਾਈਆਂ ਨੇ, 2 ਬਣਾਈਆਂ ਵੀਡੀਓ, ਉਹ ਜ਼ਰੂਰ ਦੇਖੋ। ਤੁਹਾਨੂੰ ਉਹ 'ਚ ਬਹੁਤ ਕੁਝ ਦੇਖ ਕੇ ਸਿੱਖਣ ਨੂੰ ਮਿਲੂਗਾ, ਸਮਝਣ ਨੂੰ ਮਿਲੂਗਾ। ਸਵਾਲ ਤਾਂ ਤੁਸੀਂ ਕੱਢ ਹੀ ਲੈਣੇ, ਪੇਪਰ 'ਚ ਆ ਹੀ ਜਾਣੇ ਆ, ਪਰ ਕਨਸੈਪਟ ਆਪਣੇ ਜ਼ਰੂਰ ਕਲੀਅਰ ਕਰ ਲਿਓ। ਠੀਕ ਹੈ, ਅੱਗੇ ਦੇਖਦੇ। ਕਹਿੰਦਾ ਹੇਠ ਲਿਖੇ ਵਿਅੰਜਕਾਂ ਵਿੱਚੋਂ, ਹੁਣ ਵਿਅੰਜਕ ਬੋਲਦਾ ਪਿਆ ਇੱਥੇ, ਬਹੁ ਪਦ ਨਹੀਂ ਬੋਲਦਾ ਪਿਆ ਉਹ, ਠੀਕ ਹੈ, ਵਿੱਚੋਂ ਕਿਹੜਾ ਕਿਹੜਾ ਬਹੁ ਪਦ। ਹੁਣ ਕਹਿੰਦਾ ਕਿਹੜਾ ਕਿਹੜਾ ਬਹੁ ਪਦ ਹੈ, ਤਾਂ ਐਕਸਪ੍ਰੈਸ਼ਨ ਹੀ ਨਾ, ਇਹ ਹੈ ਤਾਂ ਐਕਸਪ੍ਰੈਸ਼ਨ ਹੀ ਨਾ, ਪਰ ਹੈਗਾ ਕੀ ਹੈ, ਇਹ ਬਹੁ ਪਦ ਹੈ ਵਿੱਚ ਇੱਕ ਚਲ ਵਿੱਚ ਹੈ ਤੇ ਕਿਹੜਾ ਨਹੀਂ ਹੈ। ਇੱਕ ਚਲ ਕਿਹੜਾ ਹੋਏਗਾ, ਜਿਹਦਾ ਵੇਰੀਏਬਲ ਇੱਕ ਹੋਏਗਾ, ਜਿਹਦਾ ਐਕਸ ਹੋਏਗਾ, ਇਹੀ ਦੇਖਣਾ ਆਪਾਂ। ਠੀਕ ਹੈ, ਇਹਨੂੰ ਇੱਥੇ ਸੋਲਵ ਹੋ ਜਾਣੇ ਆ। ਇਹਦੇ ਵਿੱਚ ਕਿੰਨੇ ਨੇ, ਐਕਸ ਹੀ ਹੈ ਬਸ, ਇਹ ਕੀ ਆ, ਇੱਕ ਚਲ ਵਾਲਾ। ਇਹਦੇ ਵਿੱਚ ਕੀ ਹੈ, ਇਕੱਲੀ ਵਾਈ, ਇਹ ਵੀ ਕੀ ਹੈ ਤੁਹਾਡੇ ਕੋਲ, ਇੱਕ ਚਲ ਵਾਲਾ। ਇਹਦੇ ਵਿੱਚ ਤੁਹਾਡੇ ਕੋਲ ਕੀ ਇਕੱਲਾ ਟੀ, ਇੱਕ ਚਲ ਵਾਲਾ। ਠੀਕ ਹੈ, ਇਹਦੇ ਵਿੱਚ ਕੀ ਹੈ, ਵਾਈ ਅਤੇ ਵਾਈ। ਇਹਦੇ ਕੀ, ਇਹ ਵੀ ਕੀ ਹੈ ਤੁਹਾਡੇ ਕੋਲ, ਇੱਕ ਚੱਲ ਵਾਲਾ। ਇਹ 'ਚ ਕੀ ਹੈ, ਐਕਸ ਵਾਈ ਅਤੇ ਟੀ, ਇਹ ਤੁਹਾਡੇ ਕੋਲ ਕੀ ਹੈ, 3 ਚੱਲ ਵਾਲਾ। ਤੁਸੀਂ ਕੀ ਸਹਿਮਤ ਹੋ ਕਿ ਨਹੀਂ ਸਹਿਮਤ ਹੋ, ਤੋਂ ਸੋਚ ਕੇ ਦੱਸੋ ਯਾਰ, ਤੁਹਾਨੂੰ ਕੀ ਲੱਗਦਾ ਇਹ ਆਂਸਰ ਸਹੀ ਨੇ। ਠੀਕ ਹੈ, ਸੋਲਵ ਕਰਕੇ ਦਿਖਾਉਣ ਦੀ ਲੋੜ ਹੈ ਕਿ ਨਹੀਂ, ਦਿਖਣ ਕੇ ਦੇਖ ਕੇ ਪਤਾ ਲੱਗ ਜੂਗਾ। ਇਹਦੇ 'ਚ ਐਕਸ ਦੇ ਸਾਰੇ ਘਾਤਾਂਕ ਪੂਰਨ ਸੰਖਿਆ ਹਨ, ਇਸ ਲਈ ਇੱਕ ਚੱਲ ਵਾਲਾ ਬਹੁ ਪਦ ਹੈ, ਹੈ ਨਾ, ਕਿਉਂਕਿ ਇੱਕ ਚੱਲ ਐਕਸ ਹੀ ਦੇਖਣਾ ਨਾ। ਦੂਜੇ ਵਿੱਚ ਕੀ ਹੈ, ਇਕੱਲਾ ਵਾਈ ਹੈ। ਠੀਕ ਹੈ, ਵਾਈ ਦਾ ਘਾਤਾਂਕ ਇੱਕ ਪੂਰਨ ਸੰਖਿਆ ਹੈ। ਠੀਕ ਹੈ, ਇਸ ਕਰਕੇ ਇਹ ਵੀ ਕਿਹਾ ਇੱਕ ਚੱਲ ਵਾਲਾ ਬਹੁ ਪਦ ਹੈ। ਰੂਟ 3, ਰੂਟ 2 ਦੇ ਵਿੱਚ ਕੀ ਹੈ, ਰੂਟੀ ਦਾ ਘਾਤ ਪਹਿਲੇ ਪਦ ਭਾਵ ਰੂਟੀ ਦਾ ਘਾਤ 1/2 ਹੈ, ਜੋ ਕਿ ਪੂਰਨ ਸੰਖਿਆ ਨਹੀਂ ਹੈ, ਇਸ ਕਰਕੇ ਇੱਕ ਬਹੁ ਪਦ ਵਾਲਾ ਨਹੀਂ ਹੈ, ਇਹਨੂੰ ਅਸੀਂ ਬਹੁ ਪਦ ਨਹੀਂ ਬੋਲਾਂਗੇ। ਇਹਦੇ ਵਿੱਚ ਜਿਹੜਾ ਰੂਟ 2 ਪਿਆ ਏ, ਇਹ ਕੀ ਹੈ, ਠੀਕ ਹੈ, ਇਹਦੇ ਵਿੱਚ ਤਾਂ ਰੂਟ 2 ਲੱਗ ਪਿਆ ਸੀਗਾ, ਪਰ ਇਹਦੇ ਵਿੱਚ ਵਾਈ ਸਕੇਅਰ ਹੈ, ਹੈ ਨਾ, ਜਿਹੜਾ ਵਾਈ ਸਕੇਅਰ ਸੀਗਾ ਇਹ ਇੱਕ ਚੱਲ ਸੀਗਾ, ਵਾਈ ਦੇ ਨਾਲ ਕੀ ਸੀਗਾ, ਚੱਲ ਹੈ, ਪਰ ਇਹ ਰੂਟ ਦੇ ਵਿੱਚ ਤਾਂ ਨਹੀਂ ਪਿਆ ਪਾਵਰ। ਇਹਦੀ ਪਾਵਰ ਕਿੰਨੀ ਪਈ ਆ, ਸੰਖਿਆ ਕਿੰਨੀ ਪਈ ਆ, 1 ਪਈ ਆ। ਹੁਣ ਇੱਥੇ ਜਿਹੜਾ ਟੀ ਹੈ ਉਹਦੇ 'ਚ ਰੂਟ ਆ ਗਿਆ, ਅਤੇ ਜਿਹਦੇ ਵਿੱਚ ਚੱਲ ਦੇ ਵਿੱਚ ਰੂਟ ਆ ਗਿਆ, ਟੀ ਦੀ ਪਾਵਰ 1/2 ਆ ਗਈ, ਅਤੇ ਜਿਹਦੇ ਵਿੱਚ ਪਾਵਰ ਆ ਜਾਂਦੀ ਸੀ, ਅਸੀਂ ਉਹਨੂੰ ਬਹੁ ਪਦ ਨਹੀਂ ਬੋਲਦੇ ਸੀਗੇ, ਬਸ ਇੰਨੀ ਗੱਲ ਸੀਗੀ। ਇਹਦੇ 'ਚ ਵੀ ਕੀ ਆ ਗਿਆ, ਵਾਈ ਪਲੱਸ 2 ਰਿਸਟ ਪਾਵਰ, ਵਾਈ ਰਿਸਟ ਪਾਵਰ -1 ਆ ਗਿਆ। ਆ ਗਿਆ ਨਾ ਜੀ ਇਹ। ਹੁਣ ਇਹਦੇ ਵਿੱਚ ਤਾਂ ਭਾਵੇਂ 1 ਪਿਆ, ਪਰ ਇਹਦੇ ਨਾਲ ਕੀ ਪਾਵਰ ਆ ਗਈ, ਮਾਈਨਸ 'ਚ ਆ ਗਈ, ਜਿਹਦੀ ਪਾਵਰ ਨੈਗੇਟਿਵ 'ਚ ਵੀ ਸੀਗੀ ਜਾਂ ਫਰੈਕਸ਼ਨ 'ਚ ਵੀ ਸੀਗੀ, ਮਤਲਬ ਪੂਰਨ ਸੰਖਿਆ ਜੇ ਨਹੀਂ ਸੀਗੀ, ਉਹਨੂੰ ਅਸੀਂ ਬਹੁ ਪਦ ਨਹੀਂ ਬੋਲਦੇ। ਠੀਕ ਹੈ, ਜੇ ਅਸੀਂ ਇਕੱਲਾ ਇਹਨਾਂ ਵਿੱਚ ਇਹ ਦੇਖੀਏ ਕਿ ਇਹ ਇੱਕ, ਹੁਣ ਦੇਖੋ ਜੀ ਇਹਨੂੰ ਇੱਦਾਂ ਦੇਖੀਏ, ਇਹਨੂੰ ਇੱਦਾਂ ਦੇਖੀਏ, ਕਿਹੜਾ ਕਿਹੜਾ ਬਹੁ ਪਦ ਵਿੱਚ ਇੱਕ ਚੱਲ ਵਿੱਚ ਹੈ ਅਤੇ ਕਿਹੜਾ ਨਹੀਂ ਹੈ। ਇੱਕ ਚੱਲ ਵਿੱਚ ਹੈ ਵਿਅੰਜਕਾਂ 'ਚੋਂ, ਇਹਦੇ ਵਿੱਚ ਇੱਕ ਚੱਲ ਸੀਗਾ, ਠੀਕ ਹੈ, ਇਹਦੇ ਵਿੱਚ ਵੀ ਜਿਹੜਾ ਰੂਟ 2 ਅਲੱਗ ਪਿਆ, ਪਰ ਇਹਦੇ ਵਿੱਚ ਕੀ ਪਈ ਹੈ, ਵਾਈ ਦੇ ਨਾਲ 1 ਪਿਆ। ਠੀਕ ਹੈ, ਇੱਥੇ ਰੂਟ ਆ ਗਿਆ, ਜਿੱਥੇ 1, ਜਿੱਥੇ ਫਰੈਕਸ਼ਨ ਆ ਜਾਣਾ ਸੀਗਾ ਜਾਂ ਡੈਸੀਮਲ ਆ ਜਾਣਾ ਸੀਗਾ ਜਾਂ ਨੈਗੇਟਿਵ ਆ ਜਾਣਾ ਸੀ, ਉਹਨੂੰ ਅਸੀਂ ਚੱਲ ਬਹੁ ਪਦ ਨਹੀਂ ਮੰਨਣਾ ਸੀਗਾ, ਇੱਥੇ ਵੀ ਬਹੁ ਪਦ ਨਹੀਂ ਮੰਨਣਾ। ਇਹਦੇ ਵਿੱਚ ਐਕਸ ਵਾਈ ਅਤੇ ਟੀ ਹੈ, ਇਹਦੇ ਵਿੱਚ ਤਾਂ 4 ਹੀ 3 ਨੇ, ਐਕਸ ਵਾਈ ਅਤੇ ਟੀ, ਇਸ ਕਰਕੇ ਵੀ ਇਹ ਇੱਕ ਚੱਲ ਵਾਲਾ ਨਹੀਂ ਹੈ। ਹੁਣ ਤੁਸੀਂ ਕਹਿੰਦੇ ਸਰ ਆਹ ਵਾਲੇ ਸਵਾਲਾਂ ਦੇ ਵਿੱਚ ਕੀ ਪੰਗਾ ਪੈ ਗਿਆ, ਵਾਈ ਪਲੱਸ 2 ਰਿਸ ਪਾਵਰ, ਵਾਈ ਰਿਸ ਪਾਵਰ -1, ਚੱਲ ਤਾਂ ਇੱਕੋ ਹੀ ਹੈ। ਹਾਂਜੀ, ਚੱਲ ਇੱਕੋ ਹੀ ਹੈ, ਪਰ ਚੱਲ ਦੀ ਪਾਵਰ ਕੀ ਹੈਗੀ ਆ, ਘਾਤ ਜਿਹੜੀ ਹੈਗੀ ਆ ਉਹ ਕੀ ਹੋ ਗਈ ਆ, ਨੈਗੇਟਿਵ ਹੋ ਗਈ ਆ। ਅਸੀਂ ਸਿਰਫ ਕਿਹਾ ਸੀ ਪੂਰਨ ਸੰਖਿਆ, ਪੂਰਨ ਸੰਖਿਆ ਕਿਹੜੀ ਹੁੰਦੀ ਨੇ, 0, 1, 2, 3, 4, 5, ਇਸ ਕਰਕੇ ਇਹਨੂੰ ਅਸੀਂ ਬਹੁ ਪਦ ਨਹੀਂ ਬੋਲਣਾ, ਬਸ ਇੰਨੀ ਗੱਲ ਸੀਗੀ। ਦੂਜਾ ਸਵਾਲ, ਹੇਠ ਲਿਖਿਆਂ ਵਿੱਚੋਂ ਹਰੇਕ, ਚਲੋ ਦੂਜਾ ਸਵਾਲ ਨੂੰ ਆਪਾਂ ਕਰਦੇ ਨੈਕਸਟ ਵੀਡੀਓ ਲੈਕਚਰ 'ਚ ਦੇਖਦੇ ਹਾਂ। ਇਹ ਵੀਡੀਓ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।